ਕਬੱਡੀ ਇਨਸਲਟ ਕੀਤੀ ਸਮੁੱਚੀ ਕਬੱਡੀ ਦੀ ਮੇਰੇ ਵੀਰੇ ਕਬੱਡੀ ਜੰਗ ਦੇ ਵਿੱਚ ਬਹੁਤ ਭਾਰੀ ਰੋਸ ਪਾਇਆ ਗਿਆ ਉਸ ਟੀਮ ਦੇ ਲਈ। ਦਿਲਬਰ ਝਨੇਰ ਜੀ ਨੇ ਬਹੁਤ ਤਕੜੀ ਕਬੱਡੀ ਖੇਡੀ ਹੈ, ਉਹ ਮਹਾਨ ਖਿਡਾਰੀ ਹੈ ਜੋ ਸਾਡੇ ਦਰਮਿਆਨ ਪੁੱਜਿਆ ਤੇ ਪੰਜਾਬ ਦੇ ਵਿੱਚ ਇਸੇ ਸਾਲ ਜਿਹੜੀ ਟੀਮ ਹੋਣ ਦੇ ਵਿੱਚ ਆਈ ਹੈ ਧੰਨ ਧੰਨ ਬਾਬਾ ਨੰਦ ਸਿੰਘ ਕਬੱਡੀ ਅਕੈਡਮੀ ਨਾਨਕਸਰ ਕਲੇਰਾਂ। ਉਸ ਟੀਮ ਨੇ ਇੱਕ ਵੱਡਾ ਫੈਸਲਾ ਲਿਆ ਹੈ ਦਿਲਬਰ ਝਨੇਰ ਦੇ ਲਈ, ਕਿਉਂਕਿ ਉਹ ਸਾਡੀ ਕਬੱਡੀ ਦਾ ਵੱਡਾ ਸਟਾਰ ਹੈ। ਨਾਨਕਸਰ ਕਲੇਰਾਂ ਦੀ ਟੀਮ ਦੇ ਪਲੇਅਰ ਕਲਵੀਰਾ ਹੈ, ਗੱਗੀ ਹੈ ਮੋਟਾ ਤੇ ਨਾਲ ਸਮੁੱਚੀ ਮੈਨੇਜਮੈਂਟ ਲੈਂਬਰ ਸਿੱਧਮਾ ਧਰੂ ਦਾਗਰ ਕੁਲਦੀਪ ਕਲੇਰ ਚੂੜ ਚੱਕ ਪੈਂਦੇ ਗਿੱਦੜ ਵਿੰਡੀ ਉਹਨਾਂ ਨੇ, ਕਮਿਕਰ ਔਗੜ ਉਹਨਾਂ ਨੇ ਤੇ ਰਾਜੇ ਢੁੱਡੀ ਕੇ ਉਹਨਾਂ ਨੇ ਅੱਜ ਇਹ ਐਲਾਨ ਕਰਵਾ ਰਹੇ ਹੈ ਵੀ ਦਿਲਬਰ ਸਾਡੀ ਖੇਡ ਕਬੱਡੀ ਦਾ ਹੀਰਾ ਵੱਡਾ ਖਿਡਾਰੀ ਹੈ, ਇਹਦਾ ਮਰਨ ਦਾ ਜਿਹੜਾ ਮਾਣ ਸਤਿਕਾਰ ਹੈ ਉਹ ਇਹਨੂੰ ਦਿੱਤਾ ਜਾ ਰਿਹਾ। ਦਿਲਬਰ ਝਨੇਰ ਨੂੰ ਪੱਕੇ ਤੌਰ ਤੇ ਧੰਨ ਧੰਨ ਬਾਬਾ ਨੰਦ ਸਿੰਘ ਕਬੱਡੀ ਅਕੈਡਮੀ ਨਾਨਕਸਰ ਕਲੇਰਾਂ ਦਾ ਕੋਚ ਲਾਇਆ ਜਾ ਰਿਹਾ। ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ, ਜਿਹੜੇ ਖਿਡਾਰੀ ਪਿੰਡ ਵਾਰ ਦੇ ਵਿੱਚ ਦਿਲਬਰ ਨੂੰ ਧੱਕੇ ਮਾਰਿਆ ਉਹਨਾਂ ਦੀ ਸਾਰੀ ਦੁਨੀਆਂ ਦੀ ਉਹਨਾਂ ਦੀ ਮੇਰੇ ਵੀਰੋ ਆਪਾਂ ਕਹਿ ਲਈਏ ਵੀ ਉਹਨਾਂ ਦੀ ਬੇਇੱਜ਼ਤੀ ਹੋਈ ਹੈ ਜਿਹੜੇ ਖਿਡਾਰੀਆਂ ਨੇ ਧੱਕੇ ਮਾਰਿਆ। ਤੇ ਦਿਲਬਰ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਵਿੱਚ ਹੁਣ ਜਿੰਨੇ ਵੀ ਕੱਪ ਹੋਣਗੇ ਅੰਪਾਇਰਿੰਗ ਕਰੇਗਾ। ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ, ਇਹ ਮਾਣ ਦਿੱਤਾ ਜਾ ਰਿਹਾ। ਮੈਂ ਆਪਣੇ ਵੱਲੋਂ ਧੰਨ ਧੰਨ ਬਾਬਾ ਨੰਦ ਸਿੰਘ ਜੀ ਕਬੱਡੀ ਅਕੈਡਮੀ ਨਾਨਕਸਰ ਕਲੇਰਾਂ ਦੇ ਸਾਰੇ ਭਰਾਵਾਂ ਦਾ, ਲੈਂਬਰ ਸਿੱਧਮਾਂ ਦਾ, ਧਰੂ ਦੌਦਰ ਦਾ, ਕੁਲਦੀਪ ਕਲੇਰ ਉਹਨਾਂ ਦਾ, ਪਿੰਨੇ ਗਿੱਦੜ ਵਿੰਡੀ ਉਹਨਾਂ ਦਾ, ਕਮਿਕਰ ਔਗੜ ਉਹਨਾਂ ਦਾ ਤੇ ਨਾਲ ਰਾਜੇ ਢੁੱਡੀ ਕੇ ਉਹਨਾਂ ਦਾ ਤੇ ਸਾਰੀ ਨਾਨਕਸਰ ਦੀ ਟੀਮ ਦੇ ਪਲੇਅਰਾਂ ਦਾ ਧੰਨਵਾਦ ਕਰਦਾ ਹੈ। ਜਦੋਂ ਕਿਸੇ ਬੰਦੇ ਦੇ ਦੁੱਖ ਪੈਂਦਾ ਹੈ ਜਾਂ ਮਾੜੀ ਘਟਨਾ ਵਾਪਰਦੀ ਉਹਦਾ ਦਿਲ ਟੁੱਟਦਾ ਹੈ, ਪਰ ਇਹ ਪਲੇਅਰ ਤੇ ਸਮੁੱਚੇ ਪ੍ਰਬੰਧਕ ਨਾਲ ਖੜੇ ਹੈ। ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਸਾਰੇ ਪ੍ਰਬੰਧਕਾਂ ਦੇ ਨਾਂ ਤੇ ਬਹੁਤ ਬਹੁਤ ਧੰਨਵਾਦ। ਰੁਪਿੰਦਰ ਜੀ ਕੁਝ ਕਹਿਣ ਜਾਣਾ ਚਾਹੁਣਗੇ? ਜੋ ਵੀ ਬਣਦਾ ਸਤਿਕਾਰ ਹੋਊਗਾ, ਮਾਣ ਸਤਿਕਾਰ ਹੋਊਗਾ, ਇਹ ਵੀ ਕੁਝ ਰੱਖ ਲਿਆ ਜਿੰਨੀ ਵੀ ਜਿੱਦਾਂ ਸਾਰੇ ਪ੍ਰਮੋਟਰ ਟੀਮ ਦੇ ਕਹਿਣਗੇ ਉਸ ਹਿਸਾਬ ਦੇ ਨਾਲ ਤਨਖਾਹ ਵੀ ਦਿੱਤੀ ਜਾਊਗੀ ਤੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਵਿੱਚ ਸਾਡਾ ਵੀਰ ਰੈਫਰੀ ਵੀ ਕਰੇਗਾ ਵੱਡਾ ਭਰਾ, ਕਿਉਂਕਿ ਕਿਉਂਕਿ ਕੋਈ ਸਮਾਂ ਸੀ ਅਸੀਂ ਦਿਲਬਤੀ ਕਬੱਡੀ ਵੇਖਣ ਜਾਂਦੇ ਸੀ, ਪਰ ਦਿਲਬਤੀ ਮਜਬੂਰੀ ਹੈ, ਜਿੰਨੇ ਵੀ ਰੈਫਰੀ ਪੁਰਾਣੇ ਪਲੇਅਰ ਰੈਫਰੀ ਕਰਦੇ ਆ ਜੋ ਕੋਈ ਵੀ ਹੈ ਉਹਨਾਂ ਦੀ ਮਜਬੂਰੀ ਹੈ, ਕਿਉਂਕਿ ਘਰ ਚਲਾਉਣੇ ਇਹਨਾਂ ਮੈਚਾਂ ਤੋਂ ਹੀ ਚੱਲਦੇ ਆ, ਰੈਫਰੀ ਕਰਕੇ ਚਲਾਉਣੇ ਪੈਂਦੇ ਆ। ਤੋ ਸਾਡੀ ਬੇਨਤੀ ਕਬੱਡੀ ਦੇ ਖਿਡਾਰੀਆਂ ਨੂੰ ਵੀ ਪਲੀਜ਼ ਆਪਾਂ ਰਿਸਪੈਕਟ ਦਿਆ ਕਰੀਏ, ਜੇ ਅੱਜ ਆਪਾਂ ਕਿਸੇ ਨੂੰ ਇੱਜ਼ਤ ਦੇਵਾਂਗੇ ਤੇ ਆਪਾਂ ਨੂੰ ਫੇਰ ਹੀ ਦੁਬਾਰਾ ਇੱਜ਼ਤ ਮਿਲੂਗੀ। ਇੰਨਾ ਕੀ ਕੁਝ ਕਹਿਣਾ, ਸੋ ਸਾਰੀ ਕਬੱਡੀ ਜੱਗ ਦਾ ਧੰਨਵਾਦ। ਧੰਨ ਧੰਨ ਬਾਬਾ ਨੰਦ ਸਿੰਘ ਜੀ ਕਬੱਡੀ ਕਲੱਬ ਨਾਨਕਸਰ ਕਲੇਰਾਂ। ਇੱਧਰੋਂ ਸਾਡੇ ਅੰਕਲ ਜੀ ਨੇ ਬੇਨਤੀ ਕਰਵਾਈ ਹੈ, ਬਲਜੀਤ ਸਿੰਘ ਜੀ ਕਬੱਡੀ ਕੋਚ ਰਤਨਗੜ੍ਹ ਵਾਲੇ, ਕਹਿੰਦੇ ਵੀ ਜਿੰਨੇ ਵੀ ਸਾਡੇ ਇਲਾਕੇ ਦੇ ਪ੍ਰਮੋਟਰ ਹੈ, ਜਿੰਨੇ ਵੀ ਸਾਡੇ ਇਲਾਕੇ ਦੇ ਰੈਫਰੀਜ਼ ਨੇ, ਸਾਰੇ ਇਸ ਫੈਸਲੇ ਤੋਂ ਖੁਸ਼ ਨੇ, ਔਰ ਕਮੈਂਟੇਟਰ ਵੀ ਸਾਰੇ, ਸਾਰਾ ਕਬੱਡੀ ਜਗਤ ਇਸ ਫੈਸਲੇ ਤੋਂ ਖੁਸ਼ ਹੈ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਹਾਨੂੰ ਇਹ ਫੈਸਲਾ ਵਧੀਆ ਲੱਗਿਆ ਵੀ ਵਧੀਆ ਫੈਸਲਾ ਕੀਤਾ, ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਕੇ ਦੱਸ ਦਿਓ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸੁਆਓ ਜੀ ਸੁਰਜੀਤ।